ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਚੋਣ ਲੜਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਨਾਲ ਲੱਗਦੇ ਕਸਬਾ ਕਲਾਨੌਰ ਵਿੱਚ ਸਥਿਤ ਅਕਾਲੀ ਦਲ ਦੇ ਦਫ਼ਤਰ ਤੋਂ ਕੀਤਾ। ਇਸ ਮੌਕੇ ਪਾਰਟੀ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਲੰਗਾਹ ਨੇ ਕਿਹਾ ਕਿ ਮੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਮਹਾਂਪੁਰਸ਼ਾਂ 'ਤੇ ਪੂਰਾ ਭਰੋਸਾ ਹੈ, ਜਿਸ ਕਰਕੇ ਗੁਰੂ ਨੇ ਮੇਰੀ ਬਾਂਹ ਫੜੀ ਹੈ ਜੋ ਮੈਨੂੰ ਚੋਣ ਲੜਨ ਦੀ ਇਜਾਜ਼ਤ ਮਿਲੀ ਹੈ। ਰਮੇਸ਼ ਸ਼ਰਮਾ, ਦਿਵਿਆ ਪੰਜਾਬ ਟੀਵੀ, ਕਲਾਨੌਰ। ਕਿਉਂਕਿ ਲੋਕਾਂ ਨੇ ਆਪਣੇ ਆਪ ਇਕੱਠ ਹੋਇਆ ਵਾ, ਕੋਈ ਬੱਸਾਂ ਨਹੀਂ ਦਿੱਤੀਆਂ ਜਾਂ ਟਰਾਲੀਆਂ ਨਹੀਂ ਕਹੀਆਂ, ਜਿਹੜਾ ਵੀ ਕੋਈ ਜ਼ਿੰਮੇਵਾਰ ਪਿੰਡ ਵਿੱਚ ਮੈਂਬਰ ਪੰਚਾਇਤ ਆ ਜਾਂ ਸਰਪੰਚ ਆ ਜਾਂ ਮੈਂਬਰਦਾਰ ਆ, ਉਹਨਾਂ ਲੋਕਾਂ ਦਾ ਇਕੱਠ ਪਬਲਿਕ ਇਕੱਠ ਅਤੇ ਹਜ਼ਾਰਾਂ ਦਾ ਇਕੱਠ ਜਿਹੜਾ ਵਾ ਇਹ ਅਕਾਲੀ ਦਲ ਨੂੰ ਸ਼ਕਤੀ ਦਿੰਦਾ, ਮੈਨੂੰ ਵੀ ਸ਼ਕਤੀ ਦਿੰਦਾ, ਔਰ ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਬਹੁਤ ਸ਼ਾਨਦਾਰ ਢੰਗ ਕੀਤਾ। ਮਨੀਸ਼ ਸਿਸੋਦੀਆ ਜੀ ਜਿਹੜੇ ਕਿ ਉਪ ਮੁੱਖ ਮੰਤਰੀ ਹੈ ਦਿੱਲੀ ਦੇ, ਉਹਨਾਂ ਕਿਹਾ ਕਿ ਪੰਜਾਬ ਵਿੱਚ ਕੇਜਰੀਵਾਲ ਜਿਹੜਾ ਵਾ ਚੁੱਪ ਕਰ ਰਿਹਾ, ਆਪਾਂ ਉਹਨੂੰ ਚਿਹਰਾ ਨਾਲ ਪੇਸ਼ ਕੀਤਾ ਵਾ, ਕੀ ਉਹਦੇ ਬਾਰੇ ਕਿਹਾ? ਤੁਸੀਂ ਦੱਸੋ, ਤੁਸੀਂ ਰੋਜ਼ ਬਾਹਰ ਫਿਰਦੇ ਹੋ, ਤੁਹਾਨੂੰ ਕੀ ਲੱਭਦਾ ਵਾ? ਤੁਸੀਂ ਕਿਉਂ ਪ੍ਰਚਾਰ ਕਰਦੇ ਹੋ? ਤੁਹਾਨੂੰ ਪੈਸੇ ਦਿੱਤੇ ਨੇ ਉਹਨਾਂ ਨੇ? ਤੁਸੀਂ ਉਹਨੂੰ ਤੁਸੀਂ ਪਿੰਡਾਂ 'ਚ ਰਹਿੰਦੇ ਹੋ, ਤੁਹਾਨੂੂੰ ਨਹੀਂ ਪਤਾ ਲੱਗਦਾ ਵੀ ਇਹ ਇਹਨਾਂ ਦਾ ਪਿੰਡ ਵਿੱਚ ਕੀ ਹੈ ਜਾਂ ਕੀ ਨਹੀਂ? ਸਾਡਾ ਵੀ ਪਤਾ, ਉਹਨਾਂ ਦੇ ਪਤਾ, ਕਾਂਗਰਸ ਦਾ ਵੀ ਪਤਾ, ਆਪਾਂ ਉਹਦਾ ਨਾਂ ਹੀ ਕਾਹਨੂੰ ਲਈਏ ਜਿਹੜੀ ਦਵਾਈ ਨਾਲ ਪੰਜਾਬ ਨੂੰ ਫਾਇਦਾ ਨਹੀਂ ਹੋ ਸਕਦਾ। ਆਪਾਂ ਕਿੰਨੀ ਤਰੀਕ ਨੂੰ ਆਪਣਾ ਜਿਹੜੇ ਕਾਗਜ਼ਾਤ ਜਿਹੜੇ ਆਪਾਂ ਦਾਖਲ ਕਰਨ ਜਾ ਰਹੇ ਹਾਂ? ਇਹ ਸ਼ਾਇਦ 16-18 ਤੱਕ ਹੈ। ਹਾਂਜੀ, ਧੰਨਵਾਦ।